ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਮੰਮੀ ਨੂੰ ਇੱਥੇ ਲੈ ਕੇ ਆਈ। ਮੇਰੀ ਮੰਮੀ ਦਾ ਨਾਮ ਹੈਗਾ ਹੈ ਜਸਵਿੰਦਰ ਕੌਰ, ਅਤੇ ਅਸੀਂ ਉਹਨਾਂ ਦੀ ਟ੍ਰੀਟਮੈਂਟ ਵਾਸਤੇ ਇੱਥੇ ਮੈਂ ਉਹਨਾਂ ਨੂੰ ਆਸਟ੍ਰੇਲੀਆ ਤੋਂ ਇੰਡੀਆ ਲੈ ਕੇ ਆਈ, ਕਿਉਂਕਿ ਉੱਥੇ ਥੋੜ੍ਹਾ ਟਾਈਮ ਲੱਗ ਰਿਹਾ ਸੀ। ਅਤੇ ਮੈਂ ਪਹਿਲਾਂ ਮੰਮੀ ਨੂੰ ਫੁਟੀਜ਼ ਹੋਸਪਿਟਲ ਮੋਹਾਲੀ ਤੋਂ ਉਹਨਾਂ ਦਾ ਓਪਰੇਟ ਕਰਵਾਇਆ, ਅਤੇ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਰੇਡੀਏਸ਼ਨ ਵਾਸਤੇ ਇੱਥੇ ਲੈ ਕੇ ਆਈ। ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਡਾਕਟਰ ਕਾਫੀ ਵਧੀਆ ਨੇ ਹੈਗੇ ਅਤੇ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਮੈਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕੀਤੀ, ਡਾਕਟਰ ਮਨਜਿੰਦਰ, ਔਰ ਉਹਨਾਂ ਨੇ ਕਾਫੀ ਅੱਛਾ ਰਿਸਪੋਂਸ ਦਿੱਤਾ, ਅਤੇ ਉਹਨਾਂ ਨੇ ਦੱਸਿਆ, ਸਮਝਾਇਆ ਸਾਰਾ ਕੁਛ ਕਿ ਕਿਸ ਤਰ੍ਹਾਂ ਇਹ ਟ੍ਰੀਟਮੈਂਟ ਹੋਣੀ ਹੈਗੀ ਆ। ਅਤੇ ਫਿਰ ਸਾਨੂੰ ਉਹਨਾਂ ਦੀ ਸਮਝ ਲੱਗੀ, ਅਤੇ ਫਿਰ ਅਸੀਂ ਰੇਡੀਏਸ਼ਨ ਸਟਾਰਟ ਕੀਤੀ। ਅਤੇ ਮੇਰੀ ਮੰਮੀ ਬਿਲਕੁਲ ਸੇਫ ਫੀਲ ਕਰਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਇੱਥੇ ਦਾ ਸਟਾਫ ਵੈਰੀ ਕੋਪਰੇਟਿਵ ਹੈਗਾ ਆ, ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਜੇ ਕਿਸੇ ਨੂੰ ਪਹਿਲੀ ਗੱਲ ਤਾਂ ਕਿਸੇ ਨੂੰ ਇੱਦਾਂ ਦੀ ਵਾਹਿਗੁਰੂ ਲਿਆਵੇ ਨਾ ਟਰਬਲ, ਜੇ ਕੋਈ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਆ ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ। ਅਤੇ ਉਹਨਾਂ ਦੇ ਨਾਲ ਬੜੀ ਵਧੀਆ ਪੇਸ਼ੈਂਟ ਦੇ ਨਾਲ ਤੁਸੀਂ ਕੋਪਰੇਟ ਕਰਨਾ ਹੈਗਾ ਆ, ਅਤੇ ਇੱਥੇ ਦਾ ਸਟਾਫ ਵੀ ਕੋਪਰੇਟ ਕਰਦਾ ਆ, ਅਤੇ ਬਹੁਤ ਵਧੀਆ ਟ੍ਰੀਟਮੈਂਟ ਹੁੰਦੀ ਹੈਗੀ ਆ। ਮੈਂ ਤੁਹਾਨੂੰ ਬਸ ਇਹੀ ਕਹੂੰਗੀ ਕਿ ਜੇ ਤੁਸੀਂ ਆਪਣਾ ਟ੍ਰੀਟਮੈਂਟ ਕਰਵਾਉਣੀ ਹੈਗੀ ਆ ਤਾਂ ਇਸ ਹੋਸਪਿਟਲ ਦੇ ਵਿੱਚ ਇਹ ਡਾਕਟਰ ਬੜੇ ਅੱਛੇ ਨੇ, ਇਹਨਾਂ ਦੇ ਕੋਲ ਕਰਵਾਉਣੀ ਹੈ। ਥੈਂਕ ਯੂ ਵੈਰੀ ਮੱਚ।